ਬਚਪਨ ਤੋਂ ਹੀ ਹੈਂਡੀਕੈਪ? ਹਾਂਜੀ ਮੈਂ ਹੈਂਡੀਕੈਪ ਬਚਪਨ ਤੋਂ ਹੀ ਆ। ਸਾਡਾ ਇਹੀ ਕਾਲੀ ਦੇਵੀ ਮੰਦਿਰ ਸਰਸੀ ਰੇੜੀ ਲਾ ਕੇ ਆਪਣਾ ਰੁਜ਼ਗਾਰ ਆਪਣਾ ਕੰਮ ਕਾਰ ਕਰ ਰਹੇ ਹਾਂ ਜੀ, ਆਪਣਾ ਪੇਟ ਪਾਲਦੇ ਆਪਣੇ ਬੱਚਿਆਂ ਦਾ ਜੀ। ਕਰੇੜੀ ਤਾਂ ਸਾਡੇ ਪੰਜ ਜੀ ਖਾ ਰਹੇ ਹਾਂ, ਪੰਜ ਜੀ ਆ ਜਿਹਦੇ ਵਿੱਚ ਅਸੀਂ ਕਿਰਾਇਆ ਵੀ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ ਲੈਣ ਦੇ ਵੀ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ ਮਾਲ ਦਾ ਵੀ ਦੇ ਰਹੇ ਹਾਂ। ਮਿਹਨਤ ਕਰਦੇ ਜੀ, ਇੱਥੇ ਸਾਨੂੰ ਦਵੇ ਮਿਲੇ ਜੋ ਵੀ ਸਾਨੂੰ ਇੱਥੋਂ ਮਿਲਦਾ ਬਸ ਉਹੀ ਅਸੀਂ ਸਬਰ ਕਰਕੇ ਇੱਥੇ ਬੈਠੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨਿਅਰ, ਮੈਂ ਹਾਂ ਚਰਨਜੀਤ ਜੋਸ਼ੀ। ਕਹਿੰਦੇ ਜਿਹੜੀ ਮਿਹਨਤ ਹੈ ਉਹ ਜਦੋਂ ਮਨ ਦੇ ਵਿੱਚ ਆ ਜਾਵੇ, ਮਿਹਨਤ ਕਰਨੀ ਹੈ ਤਾਂ ਉਹ ਮਿਹਨਤ ਹੀ ਕਰਦਾ, ਭਾਵੇਂ ਉਹ ਔਰਤ ਹੈ ਚਾਹੇ ਉਹ ਮਰਦ ਹੈ। ਸਾਡੇ ਨਾਲ ਨੇ ਅੱਜ ਇੱਕ ਇਹੋ ਜਿਹੇ ਮਾਤਾ ਜੀ ਜਿਹੜੇ ਕਿ ਪੈਰ ਤੋਂ ਹੈਂਡੀਕੈਪਟ ਹੈ, ਪਰ ਇਹ ਪਿਛਲੇ ਕਈ ਸਾਲਾਂ ਤੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਆਪਣੀ ਰੇੜੀ ਲਗਾ ਕੇ, ਪ੍ਰਸ਼ਾਦ ਦੀ ਰੇੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਆ ਜੀ। ਕਿੰਨੇ ਸਾਲ ਤੋਂ ਤੁਸੀਂ ਇਹ ਕੰਮ? 25 ਸਾਲ ਹੋ ਗਏ। ਹਾਂ, ਕਿਵੇਂ ਆਇਆ ਮਨ ਦੇ ਵਿੱਚ ਵੀ ਮਤਲਬ ਵੀ ਆਪਣੀ ਮਿਹਨਤ ਕਰਾਂਗੇ, ਆਪਣੇ ਬੱਚੇ ਪਾਲਾਂਗੀ। ਹਾਂ ਵੀ ਕੋਈ ਕੰਮ ਕਾਰ ਤਾਂ ਹੈ ਨਹੀਂ, ਵੀ ਆਪਣਾ ਕੰਮ ਕਰਾਂਗੀ ਅਤੇ ਆਪਣੇ ਬੱਚੇ ਦਾ ਉਹ ਕਰਾਂਗੀ। ਚੰਗੇ ਭਲੇ ਬੰਦੇ ਵੀ ਨਸ਼ੇ ਕਰਦੇ ਆ, ਜਨਾਨੀਆਂ ਨੂੰ ਕੁੱਟਮਾਰ ਕਰਦੇ ਆ, ਹੈ ਨਾ, ਜਾਂ ਹੋਰ ਇਹੋ ਜਿਹਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੀ ਆਪਣੀ ਮਿਹਨਤ ਕਰੋ, ਮਿਹਨਤ ਕਰਕੇ ਖਾਓ ਅਤੇ ਆਪਣੇ ਬੱਚੇ ਪਾਲੋ, ਆਪਣੇ ਮੰਗਣ ਤੋਂ ਕੋਈ ਫਾਇਦਾ ਨਹੀਂ ਹੈਗਾ। ਅੱਛਾ, ਦੁਕਾਨ ਤੁਹਾਡੀ ਆਪਣੀ ਕਿਵੇਂ ਹੈ? ਇਹ ਰੇਹੜੀ ਲਾਉਂਦੀ ਹਾਂ ਜੀ ਮੈਂ। ਹਾਂ, ਕਮੇਟੀ ਦਾ ਵੀ ਬੜਾ ਔਖਾ ਹੋਏਗਾ, ਮਤਲਬ ਪ੍ਰਸ਼ਾਸਨ ਕਹਿੰਦਾ ਚੱਕੋ ਉਹ ਕਰੋ। ਇਹ ਚੱਕਵਾ ਦਿੰਦੇ ਨੇ ਸਾਡੀਆਂ ਰੇਹੜੀਆਂ ਕਦੇ, ਨਾਲੇ ਕਾਰਟ ਬਣਾਏ ਹੋਏ ਨੇ ਸਾਡੇ ਕਮੇਟੀਆਂ ਨੇ, ਤਾਂ ਵੀ ਫਿਰ ਸਾਡੀ ਰੇਹੜੀਆਂ ਚੱਕਵਾ ਦਿੰਦੇ ਨੇ। ਹਾਂ, ਕੀ ਮੰਗ, ਕੀ ਤੁਹਾਡੇ ਮਨ ਦੇ ਵਿੱਚ ਕੀ ਆ ਵੀ ਮਤਲਬ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਕੰਮ ਨਹੀਂ ਕਰਨਾ, ਤੁਹਾਨੂੰ ਫ੍ਰੀ ਖਾਣ ਦੀ ਆਦਤ ਹੈ, ਤੁਸੀਂ ਸਵੇਰ ਤੋਂ ਆ ਜਾਂਦੇ ਹੋ, ਮੈਂ ਕਿਹਾ 10 ਵੱਜ ਜਾਂਦੇ ਹੋਏਗੇ ਤੁਹਾਨੂੰ ਰਾਤ ਨੂੰ, ਅਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਤਲਬ ਹੋਰ ਬੱਚਿਆਂ ਨੂੰ ਜਾਂ ਹੋਰ ਕੀ ਮੈਸੇਜ? ਵੀ ਇਹ ਚਾਹੁੰਦੀ ਹਾਂ ਵੀ ਤੁਸੀਂ ਜਿਵੇਂ ਮੈਂ ਮਿਹਨਤ ਕਰਦੀ ਹਾਂ ਇਸ ਤਰ੍ਹਾਂ ਸਾਰੇ ਮਿਹਨਤ ਕਰਨ। ਹਾਂ, ਵੀ ਜਿਸ ਤਰ੍ਹਾਂ ਅਸੀਂ ਕਰਕੇ ਕੰਮ ਕਰਕੇ ਖਾਂਦੇ ਹਾਂ, ਇੱਕ ਨੂੰ ਸਾਰੇ ਕੰਮ ਕਰਕੇ ਖਾਣ, ਵੀ ਸਾਡੀ ਜਿੱਥੇ ਜਗ੍ਹਾ ਉੱਥੇ ਸਾਨੂੰ ਰੇਹੜੀ 'ਤੇ ਜਗ੍ਹਾ ਮਿਲੀ ਜਾਵੇ। ਤੁਸੀਂ ਬਚਪਨ ਤੋਂ ਹੀ ਹੈਂਡੀਕੈਪ? ਹਾਂਜੀ, ਮੈਂ ਹੈਂਡੀਕੈਪ ਬਚਪਨ ਤੋਂ ਹੀ ਹਾਂ। ਅਤੇ ਤੁਹਾਡੇ ਨਾਲ ਰੇਹੜੀ 'ਤੇ ਕੌਣ ਕੌਣ ਹੁੰਦਾ? ਮੇਰੇ ਹਸਬੈਂਡ ਹੁੰਦੇ ਆ, ਮੇਰੇ ਮੰਮੀ ਹੁੰਦੇ ਆ, ਮੈਂ ਹੁੰਦੀ ਹਾਂ। ਠੀਕ ਆ, ਬਿਲਕੁਲ, ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ, ਮਾਤਾ ਜੀ ਵੀ ਹੈਗੇ ਨਾਲ ਇਹਨਾਂ ਦੇ ਜਿਹੜੇ ਮਾਤਾ ਜੀ। ਮਾਤਾ ਜੀ ਜਿਹੜੇ ਚੰਗੇ ਭਲੇ ਕੰਮ ਨਹੀਂ ਕਰਦੇ, ਹੈ ਨਾ, ਤੁਹਾਡੀ ਬੇਟੀ ਹੈ, ਇੰਨੇ ਸਾਲ ਹੋ ਗਏ ਅਸੀਂ ਵੀ ਦੇਖ ਰਹੇ ਹਾਂ, ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਕੰਮ ਕਰ ਰਹੇ ਹਾਂ, ਇਹ ਸਿੱਖਿਆ ਕਹਿੰਦੇ ਮਾਂ ਪਿਓ ਜੇ ਦਿਨ ਤਾਂ ਹੀ ਹੁੰਦੀ ਹੈ, ਕਿਵੇਂ? ਸਾਡਾ ਕੋਈ ਕਿਤੇ ਕੰਮ ਨਹੀਂ ਸੀ ਜੀ, ਰੁਜ਼ਗਾਰ ਨਹੀਂ ਸੀ, ਸਾਡਾ ਇਹੀ ਕਾਲੀ ਦੇਵੀ ਮੰਦਿਰ ਸਰਸੀ ਰੇੜੀ ਲਾ ਕੇ ਆਪਣਾ ਰੁਜ਼ਗਾਰ ਆਪਣਾ ਕੰਮ ਕਾਰ ਕਰ ਰਹੇ ਹਾਂ ਜੀ, ਆਪਣਾ ਪੇਟ ਪਾਲਦੇ ਆਪਣੇ ਬੱਚਿਆਂ ਦਾ ਜੀ, ਆਪਣੇ ਬੱਚਿਆਂ ਨੂੰ ਛੋਟਿਆਂ ਨੂੰ ਪੜ੍ਹਾਉਂਦੇ ਵੀ ਹਾਂ ਜੀ, ਹੋਰ ਸਾਡਾ ਕੋਈ ਕੰਮ ਨਹੀਂ ਹੈਗਾ ਜੀ ਕਿਤੇ ਵੀ, ਬਸ ਇਹੀ ਇੱਕ ਰੁਜ਼ਗਾਰ ਹੈ ਜੀ। ਮਕਾਨ ਤੁਹਾਡਾ ਆਪਣਾ ਜਾਂ ਉਹ ਵੀ ਕਿਰਾਏ ਤੇ? ਤਾਂ ਬਹੁਤ ਔਖਾ। ਹਾਂ, 5,500 ਰੁਪਇਆ ਕਿਰਾਏ ਦਿੰਦੇ ਹਾਂ ਜੀ। ਅਤੇ ਆਹ ਰੇੜੀਆਂ ਲੱਗੀਆਂ ਵੀ ਆ, ਐਂ ਤਾਂ ਪ੍ਰਸ਼ਾਸਨ ਕਹਿੰਦਾ ਸੀ ਬੜਿਆਂ ਨੂੰ ਦੁਕਾਨਾਂ ਦੇ ਦੀਆਂ, ਉਰੇ ਗਰੀਬਾਂ ਨੂੰ, ਤੁਹਾਨੂੰ ਕਦੀ ਦੁਕਾਨ ਨਹੀਂ ਮਿਲੀ? ਕਿੰਨੇ? ਕੋਈ ਦੁਕਾਨ ਨਹੀਂ ਦਿੱਤੀ ਕਿਸੇ ਨੇ ਵੀ ਸਾਨੂੰ, ਕੋਈ ਸਮਾਂ ਸਾਡਾ ਤਾਂ ਹੋਰ ਇੱਥੇ ਰੁਜ਼ਗਾਰ 'ਚ ਉੱਥੇ ਲੱਗੀਆਂ ਹੋਈਆਂ ਸੀ ਸਾਡੀਆਂ ਰੇੜੀਆਂ, ਪੱਕੀਆਂ ਰੇੜੀਆਂ ਸੀ ਉੱਥੇ, ਸਾਡੇ ਉੱਥੇ ਦੇ ਕਾਰਟ ਬਣੇ ਹੋਏ ਆ ਕਮੇਟੀ ਦੇ, ਅਤੇ ਮੈਨੂੰ ਹੋ ਗਏ ਦੇਖੋ ਜੀ, ਮੇਰੇ ਹਸਬੈਂਡ ਵੀ ਉਰੇ, ਮੇਰਾ ਵਿਆਹ ਹੋਇਆ, ਠੀਕ ਹੈ, ਉਰੇ ਮੇਰੇ ਬੱਚੇ ਵੀ ਇੱਥੇ ਹੀ ਪਲੇ ਮੇਰੇ, ਬਸ ਮੈਂ ਇੱਥੇ ਹੀ, ਮੇਰਾ ਸਾਰਾ ਕੁਛ ਇੱਥੇ ਹੀ ਹੋਇਆ ਮੰਦਿਰ ਦੇ ਬਾਹਰ ਹੀ। ਹਾਂ, ਮੈਂ ਅੰਦਰ ਕੰਮ ਕਰਦੀ ਸੀ ਪਹਿਲਾਂ ਜੀ, ਭਾਂਡੇ ਮਾਂਜਦੀ ਸੀ, ਮਾਈ ਦੇ 30 ਸਾਲ ਭਾਂਡੇ ਮਾਂਜੇ ਆ, 30 ਸਾਲ
ਭਾਂਡੇ ਮਾਂਜ ਕੇ ਮਾਤਾ ਦੀ ਸੇਵਾ ਕਰਕੇ ਰੋਟੀ ਖਾਂਦੇ ਹੁੰਦੇ ਸੀ। ਜਦ ਉਸ ਟਾਈਮ ਸਾਡੀ ਇਹ ਰੇਹੜੀਆਂ ਨਹੀਂ ਲਾਈ ਹੋਈ ਸੀ, ਉਸ ਤੋਂ ਬਾਅਦ ਲਾਈ ਅਸੀਂ ਜਦ ਉੱਥੋਂ ਅਸੀਂ ਕੱਢੇ ਗਏ, ਫਿਰ ਉੱਥੇ ਨਹੀਂ ਸਾਡਾ ਗੁਜ਼ਾਰਾ ਹੋਇਆ, ਫਿਰ ਅਸੀਂ ਰੇਹੜੀ ਲਾਉਣ ਲੱਗੇ। ਤੁਹਾਨੂੰ ਦੁਕਾਨਾਂ ਕਿਉਂ ਨਹੀਂ ਦਿੱਤੀਆਂ, ਮਤਲਬ ਤੁਸੀਂ ਐਡੀ ਮਿਹਨਤ ਕਰਦੇ, ਇਹ ਜਿਹੜੀ ਐਡੀ ਐਡੀਆਂ ਦੁਕਾਨਾਂ ਔਰ ਇਹ ਜਿਹੜੇ ਅੰਦਰ ਲੀਡਰ ਬੈਠੇ ਆ ਉਹਨਾਂ ਦੀਆਂ ਡਿਊਟੀ ਵਾਲੇ ਆ, ਉੱਥੇ ਉਹਨਾਂ ਦੀ ਚੱਲਦੀ ਆ, ਸਾਡੇ ਗਰੀਬ ਬੰਦਿਆਂ ਨੇ ਕਿਹੜਾ ਸੁਣਦਾ ਜੀ, ਕੋਈ ਨਹੀਂ ਸੁਣਦਾ। ਸਾਨੂੰ ਤਾਂ ਅੰਦਰ ਜਗ੍ਹਾ ਵੀ ਨਹੀਂ ਦਿੰਦੇ, ਥੋੜ੍ਹੀ ਜਿਹੀ ਦੇ, ਇੱਕ ਰੇਹੜੀ ਤਾਂ ਸਾਡੇ 5 ਜੀਅ ਖਾ ਰਹੇ ਹਾਂ, 5 ਜੀਅ ਆ, ਜਿਹਦੇ ਵਿੱਚ ਅਸੀਂ ਕਿਰਾਇਆ ਵੀ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ ਲੈਣ ਦੇ ਵੀ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ ਮਾਲ ਦਾ ਵੀ ਦੇ ਰਹੇ ਹਾਂ, ਬਸ ਇੱਕੋ ਰੇਹੜੀ ਤਾਂ ਸਾਨੂੰ ਬੱਚੇ ਨਾ ਬੱਚੇ ਬਸ ਅਸੀਂ ਆਪਣਾ ਰੋਟੀ ਸਾਨੂੰ ਮਿਲੀ ਜਾਵੇ ਸਾਨੂੰ ਉਹੀ। ਹੁਣ ਕਿੰਨੀ ਕੁ ਸੇਲ ਹੋ ਜਾਂਦੀ ਹੈ, ਮਤਲਬ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ? ਹਾਂਜੀ, ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ, ਬਸ ਤਾਂ ਹੀ ਕਿਆ ਕਰੀਏ ਹੁਣ, ਫਿਰ ਕਿੱਧਰ ਜਾਈਏ ਜੀ, ਕਿਸੇ ਦੇ ਭਾਂਡੇ ਮਾਣਦੇ ਉਹ ਵੀ ਸਾਨੂੰ ਆਧਾਰ ਕਾਰਡ ਦਿਉ ਜੀ, ਉਹ ਦਿਉ ਜੇ ਕਿਸੇ ਕੀ ਚੀਜ਼ ਕੋਈ ਖਾ ਜਾਵੇ, ਫਿਰ ਅਗਲੇ ਸਾਨੂੰ ਵਰਗਿਆਂ ਨੂੰ ਫੜ ਕੇ ਅੰਦਰ ਕਰ ਦਿੰਦੇ ਜੀ, ਇਹਨਾਂ ਨੇ ਕੱਢੀ ਇਹਨਾਂ ਨੇ ਚੋਂ, ਫਿਰ ਉਹ ਅਸੀਂ ਕਰਦੇ ਨਹੀਂ ਜੀ, ਨਾ ਕਿਸੇ ਦਾ ਝਾੜੂ ਪੋਚਾ, ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ ਜੀ, ਹੁਣ ਆਪਣੇ ਇੱਥੇ ਮਿਹਨਤ ਕਰਦੇ ਜੀ, ਇੱਥੇ ਸਾਨੂੰ ਦਵੇ ਮਿਲੇ ਜੋ ਵੀ ਸਾਨੂੰ ਇੱਥੋਂ ਮਿਲਦਾ ਬਸ ਉਹੀ ਅਸੀਂ ਸਬਰ ਕਰਕੇ ਇੱਥੇ ਹੀ ਬੈਠੇ ਹਾਂ। ਸੋ ਬਿਲਕੁਲ ਇਹ ਬਹੁਤ ਵੱਡੀ ਮਤਲਬ ਮਾਵਾਂ ਧੀਆਂ ਦੀ ਇੱਕ ਕਹਾਣੀ ਹੈ ਕਿ ਮਿਹਨਤ ਦੇ ਬਾਵਜੂਦ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ, ਹੈਂਡੀਕੈਪਟ ਹੋਣ ਦੇ ਬਾਵਜੂਦ ਇਹਨਾਂ ਨੇ ਕਿਹਾ ਸਾਨੂੰ ਬਹੁਤ ਸਾਲ ਹੋ ਗਏ ਨੇ ਕਾਲੀ ਮਾਤਾ ਮੰਦਿਰ ਦੇ ਬਾਹਰ, ਪਰ ਅੱਜ ਤੱਕ ਇਹਨਾਂ ਨੂੰ ਕਿਸੇ ਨੇ ਤਾਂ ਕੋਈ ਦੁਕਾਨਾਂ ਨਹੀਂ ਦਿੱਤੀਆਂ ਅੱਜ ਤੱਕ, ਆਪਾਂ ਜਿਹੜੀ ਫੜੀ ਵੀ ਲਗਾਉਂਦੇ ਹਾਂ ਉਹ ਵੀ ਇਹ ਕਹਿ ਰਹੇ ਹਾਂ 6 ਮਹੀਨੇ ਬਾਅਦ, ਸਾਲ ਬਾਅਦ, 3 ਮਹੀਨੇ ਬਾਅਦ ਕਦੀ ਕਾਰਪੋਰੇਸ਼ਨ ਆ ਜਾਂਦਾ ਅਤੇ ਜਾਂ ਕਦੀ ਮੰਦਿਰ ਕਮੇਟੀ ਦੇ ਆਗੂ ਆ ਕੇ ਇਹਨਾਂ ਨੂੰ ਤੰਗ ਕਰਦੇ ਹਾਂ। ਸੋ ਪ੍ਰਸ਼ਾਸਨ ਨੂੰ ਵੀ ਲੋੜ ਹੈ ਇਹੋ ਜਿਹੇ ਵਿਅਕਤੀਆਂ ਦੀ, ਇਹੋ ਜਿਹੀਆਂ ਮਾਵਾਂ ਭੈਣਾਂ ਦੀ ਸੇਵਾ ਕਰਨ ਦੀ, ਜਿਹੜੀਆਂ ਇੱਕ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਨੇ। ਔਨੀਅਰ ਦੇ ਨਾਲ ਪਟਿਆਲਾ ਤੋਂ ਚਰਨਜੀਤ ਜੋਸ਼ੀ ਦੀ ਰਿਪੋਰਟ।